जिला तरन तारण के हलका बाबा बकाला के अधीन पैंदे पिंड सराह तलवंडी विखे की मीटिंग ने रैली का रूप धारिया के बाद दे विच किसानां दे वल्लों विशाल रैली कढ़ी गई। बीते दिनों तो हलका बाबा बकाला दे विच हलके दे मौजूदा विधायक ते कुछ आगुआ दा नजायज पर्चे करवाउण ते किसानां नाल धक्का मुक्की करके उन्हां नूं नकली किसान कहण करके तिखा विरोध चल रहा जो हर रोज तेज हुंदा जा रहा है। अते आउण वाले समय दे विच इह विरोध विधायकां दे लई वड्डा नुकसानदेह साबित हो सकदा है। पिंड सराह तलवंडी विखे किसान मजदूर संघर्ष कमेटी के केवल दो जोनों के वलों एक मीटिंग रखी गई जो देखते ही देखते रैली का रूप धार गई। मीटिंग केवल के केवल हलका बाबा बकाला के सिर्फ 54 पिंडा की सी जिस लगभग 800 तो 1000 के करीब किसान मजदूरों ने हिस्सा लिया। ਸਾਹਿਬ ਕੀ ਕਹੋਗੇ ਜਿਹੜੀ ਅੱਜ ਦੀ ਚੇਤਨਾ ਰੈਲੀ ਕੀਤੀ ਗਈ? ਅੱਜ ਹੀ ਚੇਤਨਾ ਰੈਲੀ ਕਰਨ ਦੀ ਲੋੜ ਇਸ ਕਰਕੇ ਪਈ ਕਿਉਂਕਿ ਜੋ ਦਿੱਲੀ ਅੰਦੋਲਨ ਚੱਲ ਰਿਹਾ ਵਾ ਉਸ ਅੰਦੋਲਨ ਵੱਲੇ ਸਿਆਸੀ ਕ੍ਰਾਂਤੀ ਜਿਹੜੀ ਆ ਉਹ ਪਿੱਠ ਹੋ ਗਈ ਆ। ਉਹਨਾਂ ਸਿਆਸੀ ਧਿਰਾਂ ਨੇ ਪੰਜਾਬ ਦੇ ਵਿੱਚ ਆਪਣੀਆਂ ਰੈਲੀਆਂ ਨੂੰ ਆਪਣੀ ਵੋਟ ਰਾਜਨੀਤੀ ਨੂੰ ਤਰਜੀਹ ਦਿੱਤੀ ਆ। ਉਹਦਾ ਕਰਕੇ ਪਿੰਡਾਂ ਦੇ ਵਿੱਚ ਅਰਾਜਕਤਾ ਜੀ ਫੈਲੀ ਆ। ਕੋਈ ਅਕਾਲੀਆਂ ਵਾਲੇ ਤੁਰਿਆ ਫਿਰਦਾ, ਕੋਈ ਕਾਂਗਰਸ ਵਾਲੇ ਬਣੇ, ਕੋਈ ਆਮ ਆਦਮੀ ਵਾਲੇ ਬਣੇ। ਮਤਲਬ ਦਿੱਲੀ ਅੰਦੋਲਨ ਤੋਂ ਜਿਹੜਾ ਥੋੜ੍ਹਾ ਜਿਹਾ ਉਹ ਮੋਹ ਭੰਗ ਹੋ ਰਿਹਾ ਸੀ, ਪਰ ਇਹ ਚੇਤਨਾ ਰੈਲੀਆਂ ਜਿਹੜੀਆਂ ਕਰ ਰਹੇ ਅਸੀਂ ਝੰਡੇ ਮਾਰਚ ਕੀਤੇ ਜਾ ਰਹੇ ਆ ਪਿੰਡਾਂ ਦੇ ਵਿੱਚ। ਇਹਦੇ ਨਾਲ ਫਿਰ ਤੋਂ ਲੋਕਾਂ ਦੇ ਵਿੱਚ ਜਾਨ ਆ ਗਈ ਆ। ਫਿਰ ਤੋਂ ਲੋਕਾਂ ਨੇ ਮਤਲਬ ਜਿਹੜਾ ਵਾ ਉਹ ਦਿੱਲੀ ਅੰਦੋਲਨ ਵੱਲੇ ਧਿਆਨ ਕਰ ਲਿਆ ਵਾ। ਲਗਾਤਾਰ ਇਹ ਚੇਤਨਾ ਰੈਲੀਆਂ ਔਰ ਝੰਡੇ ਮਾਰਚ ਜਾਰੀ ਰਹਿਣਗੇ। ਆਪਣਾ 28 ਤਰੀਕ ਨੂੰ ਜਿਹੜੇ ਸਾਡੇ ਮੋਰਚੇ ਲੱਗਣੇ ਆ, ਉਦੋਂ ਪਹਿਲਾਂ ਅਸੀਂ ਪੂਰੇ ਪੰਜਾਬ ਦੇ ਜਿਹੜੇ ਜਥੇਬੰਦੀ ਦੇ ਚੱਲ ਰਹੇ ਜ਼ਿਲ੍ਹੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ, ਉਹਨਾਂ ਦੇ ਚੇਤਨਾ ਰੈਲੀਆਂ ਦੇ ਝੰਡੇ ਮਾਰਚ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ, ਸਿਆਸੀ ਧਿਰਾਂ ਨੂੰ ਅਪੀਲ ਕਰਾਂਗੇ। ਕਿਉਂਕਿ ਜੋ ਵੀ ਪਿੰਡਾਂ ਦੇ ਪੰਚ, ਸਰਪੰਚ, ਚੇਅਰਮੈਨ ਆ ਉਹ ਸਾਡੇ ਪਰਿਵਾਰ ਆ, ਸਾਡੇ ਆਪਣੇ ਨੇ। ਉਹਨਾਂ ਨੂੰ ਅਪੀਲ ਕਰਾਂਗੇ ਵੀ ਵੋਟਾਂ ਆਪਾਂ ਲੜ ਲਾਂਗੇ, 22 ਵੀ ਲੜਾਂਗੇ, 24 ਵੀ ਲੜ ਲਾਂਗੇ, ਜਦੋਂ ਕਹੋਗੇ ਵੋਟਾਂ ਪਾ ਦਾਂਗੇ। ਪਰ ਹਾਲ ਦੀ ਘੜੀ ਜਿਹੜਾ ਵਾ ਅਰਜਨ ਦੀ ਮੱਛੀ ਦੀ ਆਖਰ ਲਈ ਤੀਰ ਮਾਰਨ ਵਾਂਗੂ ਸਾਡੀ ਨਿਗਾਹ ਜਿਹੜੀ ਉਹ ਦਿੱਲੀ ਅੰਦੋਲਨ ਵੱਲ ਚਾਹੀਦੀ ਆ। ਇਸ ਕਰਕੇ ਚੇਤਨਾ ਰੈਲੀ ਕੀਤੀ ਆ ਅਤੇ ਇਲਾਕੇ ਭਰ ਦੇ ਵਿੱਚ ਉਹ ਭਰਵਾਂ ਹੰਗਾਰਾ ਮਿਲਿਆ, ਜਿਹਦੇ ਵਿੱਚੋਂ ਕਈਆਂ ਪੰਚਾਂ ਸਰਪੰਚਾਂ ਨੇ, ਕਈਆਂ ਮੈਂਬਰ ਸਾਹਿਬਾਨਾਂ ਨੇ, ਕਈਆਂ ਚੇਅਰਮੈਨਾਂ ਨੇ ਵੀ ਇਸ ਰੈਲੀ ਵਾਸਤੇ ਭਰਵਾਂ ਸਹਿਯੋਗ ਦਿੱਤਾ ਵਾ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਜਿਹੜੇ ਇਲਾਕੇ ਤੋਂ ਚੁਣ ਕੇ ਨੁਮਾਇੰਦੇ ਜਾਂਦੇ ਆ ਉਹਨਾਂ ਨੂੰ ਵੀ ਕਹਾਂਗੇ ਵੀ ਉਹ ਆਪਣੇ ਤਰੀਕੇ ਦੇ ਨਾਲ ਉਹ ਵੀ ਚੇਤਨਾ ਪੈਦਾ ਕਰਨ, ਕਿਉਂਕਿ ਖੇਤੀ ਕਾਨੂੰਨ ਇੰਨੇ ਮਾੜੇ ਆ, ਉਹਨਾਂ ਨੇ ਹਰ ਹਾਲ ਦੇ ਵਿੱਚ ਹਰ ਵਰਗ ਨੂੰ ਰਗੜ ਕੇ ਰੱਖ ਦੇਣਾ ਵਾ। ਪੂਰੀ ਤਰ੍ਹਾਂ ਜਿਹੜਾ ਸਾਡਾ ਅਨਾਜ ਵਾ ਉਹ ਅਡਾਨੀ ਅਬਾਨੀ ਦੇ ਗੋਦਾਮ ਦੇ ਵਿੱਚ ਕੈਦ ਹੋਣਾ ਵਾ ਅਤੇ ਉਹਦੇ ਗੋਦਾਮ 'ਚੋਂ ਬਣ ਕੇ ਥਾਲੀ ਰੋਟੀ ਦੀ ਨਿਕਲਣੀ ਆ। ਅਸੀਂ ਦੋ ਟਾਈਮ ਦੀ ਰੋਟੀ ਨੂੰ ਜਿਹੜੀ ਆ ਉਹ ਮਤਲਬ ਵਿਕਾਸ ਸਮਝ ਕੇ ਗੁਜ਼ਾਰਾ ਕਰਾਂਗੇ। ਇਸ ਕਰਕੇ ਚੇਤਨ ਹੋਣ ਦੀ ਬਹੁਤ ਵੱਡੀ ਲੋੜ ਆ। ਧੰਨਵਾਦ। ਹਾਂਜੀ ਪ੍ਰਧਾਨ ਜੀ, ਕੀ ਕਹੋਗੇ ਜਿਹੜਾ ਅੱਜ ਇੱਥੇ ਵਿਸ਼ਾਲ ਇਕੱਠ ਕੀਤਾ ਗਿਆ ਪਿੰਡ ਸਰਾਂ ਤਲਵੰਡੀ ਦੇ ਵਿੱਚ, ਕੀ ਸੀ ਇਹਦਾ ਮੰਤਵ, ਕੀ ਸੀ ਇਕੱਠ ਦਾ ਜੀ? ਹਾਂ ਜਿਹੜਾ ਇੱਥੇ ਚੇਤਨਾ ਰੈਲੀ ਕੀਤੀ ਗਈ ਹੈ ਸਾਡੇ ਇੱਥੇ ਇਲਾਕੇ ਵੱਲੋਂ, ਇਲਾਕੇ ਭਰ ਦੇ ਵਿੱਚੋਂ, ਇਹਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਜਾਗਰਿਤ ਕੀਤਾ ਜਾਵੇ, ਲੋਕਾਂ ਨੂੰ ਲਾਭ ਕੀਤਾ ਜਾਵੇ। ਦਿੱਲੀ ਵਾਲੇ ਮੋਰਚੇ ਨੂੰ ਜਿਹੜਾ ਦਿੱਲੀ 'ਚ ਮੋਰਚਾ ਸਾਡੇ ਪਿਛਲੇ 9 ਮਹੀਨੇ ਤੋਂ ਚੱਲ ਰਿਹਾ, ਬਹੁਤ ਵੱਡਾ ਮੋਰਚਾ ਵਾ। ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਵਾ, ਜਿਹੜੀਆਂ ਜ਼ਿੰਦਗੀਆਂ ਲਈ ਉਹ ਮੋਰਚਾ ਲੱਗਾ ਹੋਇਆ, ਜ਼ਮੀਨ ਲਈ ਮੋਰਚਾ ਲੱਗਾ ਹੋਇਆ ਵਾ, ਲੋਕਾਂ ਦੇ ਅਕਾਂ ਘੁਕਾਂ ਲਈ ਮੋਰਚਾ ਲੱਗਾ, ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਇਹ ਸਾਡਾ ਮਕਸਦ ਸੀ। ਇਸ ਤੋਂ ਇਲਾਵਾ ਜਿਹੜਾ ਮੋਰਚਾ ਅਸੀਂ ਇੱਥੇ 28 ਤਰੀਕ ਤੋਂ ਪੰਜਾਬ ਸਰਕਾਰ ਦੇ ਖਿਲਾਫ ਲਾਉਣ ਜਾ ਰਹੇ ਹਾਂ ਅਤੇ ਕੇਂਦਰ ਸਰਕਾਰ ਦੇ ਨਾਲ ਮੰਗਾਂ ਜਿਹੜੀਆਂ ਕੇਂਦਰ ਕਮੇਟੀਆਂ ਰੱਖੀਆਂ ਹੋਈਆਂ ਵਾ, ਉਹਨਾਂ ਦੀ ਲਾਮਬੰਦੀ ਕਰਨ ਵਾਸਤੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵਾ, ਕੀਤਾ ਵਾ, ਜਿਹਦੇ ਵਿੱਚ ਸਾਡੇ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਕਰਜ਼ੇ ਖਤਮ ਕਰਨ ਤੋਂ ਮੁੱਕਰ ਚੁੱਕੀ ਆ, ਜਿਹੜੇ ਵਾਅਦੇ ਕਰਨ ਤੋਂ ਵਾਅਦੇ ਕਰਕੇ ਮੁੱਕਰੀ ਆ, ਜਿਹਦੇ 'ਚ ਮਜ਼ਦੂਰਾਂ ਦੇ ਬਿੱਲ ਬਕਾਏ ਖਤਮ ਕਰਨ ਤੋਂ ਮੁੱਕਰੀ ਆ, ਜਿਹਦੇ ਵਿੱਚ ਘਰ ਘਰ ਨੌਕਰੀ ਦੇਣ ਤੋਂ ਮੁੱਕਰੀ ਆ, ਮਾਫੀਆ ਰਾਜ ਚੱਲ ਰਿਹਾ ਵਾ, ਨਸ਼ੇ ਉਸੇ ਤਰ੍ਹਾਂ ਚੱਲ ਰਹੇ ਆ, ਜਿਹਦੇ ਵਿੱਚ ਜਿਹੜੀਆਂ ਪੰਜ ਮਰਲੇ ਪਲਾਟ ਦੇਣ ਦੀ ਗੱਲ ਕੀਤੀ ਮਜ਼ਦੂਰਾਂ ਨੂੰ, ਹੋਰ ਮਜ਼ਦੂਰਾਂ ਨੂੰ ਸੂਤਾਂ ਦੇਣ ਦੀ ਗੱਲ ਕੀਤੀ ਸੀ, ਉਸ ਤੋਂ ਜਿਹੜੀ ਮੁੱਕਰੀ ਆ ਉਹ ਸਾਰੇ ਨਾਲ ਜਿਹੜੀਆਂ ਫਰਦਾਂ ਲੈਣ ਦੀ ਗੱਲ ਆ ਚੱਲ ਰਹੀ ਆ, ਫਰਦਾਂ ਜਿਹੜੀਆਂ ਲੈ ਕੇ ਝੋਨਾ ਲਿਆ ਜਾਵੇਗਾ, ਉਹ ਫਰਦਾਂ ਅਸੀਂ ਫੈਸਲਾ ਕੀਤਾ ਵੀ ਫਰਦਾਂ ਨਹੀਂ ਦਿਆਂਗੇ, ਫਰਦਾਂ ਤੋਂ ਬਗੈਰ ਝੋਨਾ, ਬਗੈਰ ਜਿਹੜੀਆਂ ਸ਼ਰਤਾਂ ਨਵੀਆਂ ਲਾਈਆਂ ਉਹ ਸਾਰੀਆਂ ਢਾ ਕੇ ਅਤੇ ਜਿਹੜਾ ਝੋਨਾ ਖਰੀਦਿਆ ਜਾਵੇ ਬਿਲਕੁਲ ਲਾਮਬੰਦੀ ਕਰਾਂਗੇ, ਕਿਸਾਨਾਂ ਮਜ਼ਦੂਰਾਂ ਵੱਲੋਂ ਕੱਟ ਕਰਾਂਗੇ ਅਤੇ ਇਹਨਾਂ ਦੇ ਘਰਾਓ ਕਰਾਂਗੇ, ਬਗੈਰ ਫਰਦਾਂ ਤੋਂ ਝੋਨਾ ਜਿਹੜਾ ਵਾ ਉਹ ਵਿਕਾਵਾਂਗੇ। ਇਹ ਸਾਡੇ ਜਥੇਬੰਦੀ ਨੂੰ ਐਲਾਨ ਕੀਤਾ ਗਿਆ, ਇਹ ਸਾਰੇ ਐਲਾਨ ਅੱਜ ਕਰਨ ਵਾਸਤੇ ਇਹ ਚੇਤਨਾ ਰੈਲੀ ਕੀਤੀ ਗਈ। ਸਤਿ ਸ਼੍ਰੀ ਅਕਾਲ।
प्लीज़ साडे चैनल सांझा पंजाब नू लाइक ते सबसक्राइब करो यूट्यूब ते।